پادر زمین بھی میرے کوڑے دے پیرا تلے ہوئے کہ میں مدان چنا پہنچ سکا اسلام علیکم ناظرین میں تارک سانی تے تسی بیٹھ رہو میرا یوٹیوب چینل ریبر انٹرٹینمنٹ پلس اج بڑی ہی زبردست فلم لے کے توانی خدمتی چاہزر ہو رہے ہیں اور توانی دسانگا اے فلم توانی یوٹیوب تے نہیں ملے گی اور اس ویڈیو دے دران میں توانی دسانگا کہ تسی اے فلم اگر دیکھنی ہے تے کتھے جا کے پوری فلم بیک سکتے ہو ਇਸਿੰਦ ਨਾਮ ਮੈਦਾਨ 2 April 1982 ਬਰੋਜਮਾ ਰਿਲੀਜ਼ ਹੋਣ ਵਾਲੀ ਇੱਕ ਰੰਗीन ਪੰਜਾਬੀ ਫਿਲਮ ਮੈਦਾਨ ਇਸਿੰਦ ਜਿਹੜਾ ਮੂਡ ਐਕਸ਼ਨ ਲੜਾਈ ਮਾਰ ਕੁਟਾਈ ਪੁਲਿਸ ਮੁਕਾਬਲਾ ਜਿਸ ਤਰ੍ਹਾਂ ਦੀ ਉਸ ਦੋਰੀ ਰੁਟੀਨ ਦੀਆਂ ਫਿਲਮਾਂ ਬਣਦੀਆਂ ਸੁਣ ਇਸਿੰਦ ਦੇ ਅਦਾਕਾਰਨ ਸੁਲਤਾਨ ਰਈ ਆਸੀਆ ਮੁਸਤਾਫਾ ਕੁਰੇਸ਼ੀ ਸਦੀਰ ਚਕੋਰੀ ਜ਼ਾਹਿਰ ਸ਼ਾ ਸਾਵਨ ਅਲਿਆਸ ਕਸ਼ਮੀਰੀ ਇਕਬਾਲ ਦੁਰਾਨੀ ਜਵੇਦ ਹਸਨ ਤੇ ਬਹਾਰ ਬੇਗਮ ਇਸ ਸਿੰਦੇ ਦੇ ਗਾਇਕ ਕਰਨ ਮਸੂਦ ਬਾਟ ਇਹਦੇ ਲਿਖਾਰੀ ਨਾਸਰ ਦੀ ਇਹਦਾ ਮਿਊਜ਼ਿਕ ਦਿੱਤਾ ਹੈ ਤਾਫੂ ਨੇ ਤੇ ਇਹਦੇ ਜਿਹੜੇ ਫਿਲਮ ਸਾਜ਼ਨ ਫਿਲਮ ਬਣਾ ਲਾ ਦੇ ਜਮਸ਼ੀਦ ਜ਼ਫਰ ਸਾਹਿਬ ਨਾਜ਼ਰੀਨ ਇਸ ਸਿੰਦੇ ਦੇ ਅੰਦਰ ਅਦਾਕਾਰ ਸਾਵਨ ਨੇ ਅਮੀਰ ਖਾਨ ਦਾ ਕਰੈਕਟਰ ਅਦਾ ਕੀਤਾ ਹੈ ਅਮੀਰ ਖਾਨ ਦੇ ਪੰਜ ਪੁੱਤਰ ਹੁੰਦੇ ਨੇ ਪੰਜੇ ਦੇ ਪੰਜ ਜਿਹੜੇ ਹੁੰਦੇ ਨੇ ਉਹ ਲੜਾਕਾ ਔਰ ਖੂਨਖਾਰ ਤੇ ਕਾਤਿਲ ਹੁੰਦੇ ਨੇ ਔਰ ਅਮੀਰ ਖਾਨ ਆਪਣੇ ਪੰਜਾਂ ਪੁੱਤਰਾਂ ਤੇ ਬੜੇ ਗਮੰਡ ਕਰਦਾ ਹੈ ਬੜਾ غرور ਕਰਦਾ ਹੈ ਔਰ ਹਰ ਬੰਦੇ ਨੂੰ ਚੈਲੰਜ ਕਰਦਾ ਹੈ ਕਿ ਉਹਨਾਂ ਦਾ ਮੁਕਾਬਲਾ ਕਰਕੇ ਵੇਖੇ ਉਹਦੇ ਜਿਹੜੇ ਚਾਰ ਪੁੱਤਰ ਹੁੰਦੇ ਉਹ ਉਹਦੇ ਕੋਲ ਹੁੰਦੇ ਨੇ ਦੇ ਜਿਹੜਾ ਉਹਦਾ ਪੰਜਵਾਂ ਪੁੱਤਰ ਸ਼ਿਕਰਾ ਹੁੰਦਾ ਹੈ ਸ਼ਿਕਰਾ ਜੇਲ੍ਹ ਦੇ ਅੰਦਰ ਹੁੰਦਾ ਤੇ ਸ਼ਿਕਰੇ ਦਾ کردار جڑا نا اداکار مصطفیٰ قریشی نے ادا کیتا ہے ایک طرف امیر خان ہوند ہے تے دوسری طرف زمان خان ہوند ہے زمان خان تا کریکٹر اداکار علیہس کشمیری نے ادا کیتا ہے علیہس کشمیری دے دو پتر ہوندن ایک جڑا ہوند ہے جبرو زہر شاہ تے جڑا دوجہ پتر ہوند ہے ਉੱਜੱਗਾ ਹੁੰਦਾ ਹੈ ਸਦੀਰ ਸਦੀਰ ਨੇ ਇਸ ਫਿਲਮ ਦੇ ਅੰਦਰ ਜੱਗੇਦਾਰ ਉਲਦਾ ਕੀਤਾ ਹੈ ਜੱਗਾ ਤੇ ਸ਼ਿਕਰਾ ਦੋਨੋਂ ਜੇਲ੍ਹ ਦੇ ਅੰਦਰ ਹੁੰਦੇ ਨੇ ਔਰ ਤੀਜਾ ਜਿਹੜਾ ਹੁੰਦਾ ਉਹ ਨਾਦਰ ਹੁੰਦਾ ਤੇ ਉਹਦਾ ਭਰਾ ਹੁੰਦਾ ਤੇ ਉਹਨਾਂ ਦੀ ਮਾਂ ਬਾਹਰ ਬੇਗਮ ਹੁੰਦੀ ਹੈ ਨਾਦਰ ਦਾ ਜਿਹੜਾ ਕਰੈਕਟਰ ਹੈ ਉਹਦਾ ਅਦਾਕਾਰ ਸੁਲਤਾਨ ਰੈਣੀ ਅਦਾ ਕੀਤਾ ਹੈ ਜੱਗੇ ਦਾ ਜਿਹੜਾ ਵਾਲਦ ਹੁੰਦਾ ਆਪਣੇ ਪੁੱਤਰ ਜਬਰੂ ਵਾਸਤੇ ਜ਼ਹਿਰ ਸ਼ਾ ਵਾਸਤੇ ਅਮੀਰ ਖਾਨ ਦੇ ਘਰ ਰਿਸ਼ਤਾ ਪੈਦਾ ਹੈ اور او دی جڑی تی او دی چاندنی دا رشتہ مانگ دا ہے دا کریکٹر جڑا نے چکوری نے ادا کیتا ہے اور ناظرین چکوری نے مولا جڑ دے بعد اس فلم میں ایسا شاندار کام کیتا ہے کہ تعن دارو نتنی دی دوبارہ یاد آئے گی اے فلم میدان وے کے بڑی اچھی کیتی ڈلیوری اس نے بڑے ہی اچھے جو ڈائلاگ بازی کیتی اور بڑی اچھے ایكشن کیے اور تعین دارو نتنی جڑا نا دوبارہ اس فلم دے اندر نظر آئے گی اور جو جدو رشتہ آتا ہے وہ زمان خان کے پو چیلنج کر دیئے کہ وہ میدان دے اندر آئے اور مقابلہ کر کے دیکھے خیر میدان لگ ہے تو جبرو یہ مقابلہ جی جانا ہے امیر خان بہت شرمندہ آتا ہے کیونکہ وہ دا پتر مقابلہ ہار جان دے جیل دے اندر جگہ صدیر اور شکرہ مصطفیٰ قریشی دے درمیان تقرار آتی ہے لڑائی آتی ہے اور لڑائی آ آ کے جیل چھڑا ہے ادھر ਅਮੀਰ ਖਾਨ ਨਾਦਰ ਦੇ ਪਿੰਡੀ ਚ ਆਂਦਾ ਹੈ ਉਹਦੇ ਪਿੰਡ ਵਿੱਚ ਇੱਕ ਕੁੜੀ ਦਾ ਸਿਰ ਜਿਲਾਉਂਦਾ ਉਹ ਨੰਗਾ ਕਰਦਾ ਬਾਹਰ ਬੇਗਮ ਆ ਜਾਂਦੀ ਏ ਔਰ ਆ ਕੇ ਅਮੀਰ ਖਾਨ ਦੀ ਪਾਗ ਉਧਾਰ ਦਿੰਦੀ ਏ ਅਮੀਰ ਖਾਨ ਨੂੰ ਇਸ ਗੱਲ ਦਾ ਗੁੱਸਾ ਆਂਦਾ ਹੈ ਹੈਰੂਨਾਂ ਦੀ ਤਕਰਾਰ ਹੋ ਜਾਂਦੀ ਏ ਨਾਦਰ ਆਂਦਾ ਹੈ ਸੁਲਤਾਨਾ ਹੀ ਆਂਦਾ ਹੈ ਔਰ ਲੜਾਈ ਹੁੰਦੀ ਏ ਔਰ ਲੜਾਈ ਦੇ ਦੌਰਾਨ ਉਹ ਉਹਨਾਂ ਦੇ ਬੰਦੀਆਂ ਨੂੰ ਕਤਲ ਕਰ ਦਿੰਦਾ ਪੁੱਤਰ ਨੂੰ ਕਤਲ ਕਰ ਲੈਂਦਾ ਪੁਲਿਸ ਨਾਦਰ ਨੂੰ ਗ੍ਰਿਫਤਾਰ ਕਰ ਲੈਂਦੀ ਏ ਚਾਨਿਆਂ ਸਾ ਪਦਰ ਗਨੋ ਖੇਡਣ ਦੇ ਇੱਕ ਦੂਜੇ ਦੇ ਸਿਰਾਂ ਨਾਲ ਖੇਡਣ ਚਾਹਨੇ ਆ ਸਾਡੀ ਆਸੀ ਨੇ ਫਿਲਮ ਦੇ ਅੰਦਰ ਬਿਲੋ ਦਾ ਕਿਰਦਾਰ ਦਾ ਕਿਤਾ ਜਿਹੜੀ ਆਪਣੀ ਭੈਣ ਦੀ ਇੱਜ਼ਤ ਲੁੱਟਿਆ ਨੇ ਕਤਲ ਕਰਕੇ ਜੇਲ ਚਲੀ ਜਾਂਦੀ ਏ ਜੇਲ ਦੇ ਅੰਦਰ ਨਾਦਰ ਆਸੀਆ ਬਿਲੋ ਤੇ ਸ਼ਿਕਰ ਦੀ ਮੁਲਾਕਾਤ ਹੋ ਜਾਂਦੀ ਏ ਇਧਰ ਜਗਾ ਜੇਲ ਤੋਂ ਫਰਾਰ ਹੋ ਜਾਂਦੇ ਔਰ ਆ ਕੇ ਚੌਧਰੀ ਮੀਰ ਖਾਨ ਦੇ ਪੁੱਤਰ ਨੂੰ ਕਤਲ ਕਰ ਦਿੰਦਾ ਹੈ ਬਿਲੋ ਜੇਲ ਤੂੰ ਰਿਹਾ ਹੋ ਜਾਂਦੀ ਏ ਔਰ ਸ਼ਿਕਰਾ ਵੀ ਜੇਲ ਤੂੰ ਰਿਹਾ ਹੋ ਜਾਂਦਾ ਹੈ ਬਿਲੋ ਜੇਲ ਤੂੰ ਰਿਹਾ ਹੋਣ ਦੇ ਬਾਅਦ ਨਾਦਰ ਦੇ ਘਰ ਆ ਜਾਂਦੀ ਏ ਨਾਦਰ ਦੀ ਮਾਂ ਉਹਨੂੰ ਕਬੂਲ ਕਰ ਲੈਂਦੀ ਏ ਸ਼ਿਕਰਾ ਵੀ ਜੇਲ ਤੂੰ ਰਿਹਾ ਹੋ ਜਾਂਦਾ ਹੈ ਔਰ ਜਦੋਂ ਹਵੇਲੀ ਚਾਹਦਾ ਹੈ ਔਰ ਆਪਣੇ ਪਿਓ ਦਾ ਚੁੱਕਿਆ ਸਰ ਵੇਖ ਕੇ ਉਹਨੂੰ ਬਹੁਤ ਗੁੱਸਾ ਆਉਂਦਾ ਹੈ ਉਹ ਸਾਰੀ ਵਜ੍ਹਾ ਪੁੱਛਦਾ ਹੈ ਔਰ ਅਮੀਰ ਖਾਨ ਉਹਨੂੰ ਦੱਸਦਾ ਹੈ ਕਿ ਨਾਦਰ ਦੀ ਮਾਂ ਨੇ ਉਸ ਦੀ ਪੱਗ ਉਤਾਰੀ ਹੈ ਖੈਰ ਸ਼ਿਕਰਾ ਔਰ ਅਮੀਰ ਖਾਨ ਜਾਂਦੇ ਨੇ ਔਰ ਜਾ ਕੇ ਉਹਦੀ ਮਾਂ ਦਾ ਸਿਰ ਨੰਗਾ ਕਰ ਦਿੰਦੇ ਨੇ ਜਦੋਂ ਨਾਦਰ ਜੇਲ੍ਹ ਤੋਂ ਰਿਹਾ ਹੋ ਕੇ ਆਂਦੇ ਉਹਨੂੰ ਸਾਰੀ ਸਿਚੁਏਸ਼ਨ ਪਤਾ چلਦੀ ਹੈ ਉਹਨੂੰ ਬਹੁਤ ਗੁੱਸਾ ਆਂਦਾ ਹੈ ਜਦੋਂ ਨਾਦਰ ਨੂੰ ਸਾਰੀ ਕਹਾਣੀ ਪਤਾ چلਦੀ ਹੈ ਉਹ ਸ਼ਿਕਰੇ ਤੇ ਪਿੰਡ ਵੱਲ ਜਾਂਦਾ ਹੈ ਉਹਦੇ ਰਸਤੇ ਦੀ ਦੀਵਾਰ ਜੱਗਾ ਬਣ ਜਾਂਦਾ ਹੈ ਉਹਨਾਂ ਦੀ ਆਪਸੀ ਚ ਨਿੜਾਈ ਮਾਰ ਕੁਟਾਈ ਹੋਦੀ ਹੈ ਪੁਲਿਸ ਆਂਦੀ ਹੈ ਪੁਲਿਸ ਨੂੰ ਵੇਖ ਕੇ ਜੱਗਾ ਫਰਾਰ ਹੋ ਜਾਂਦਾ ਹੈ ਨਾ ਇਧਰ ਜਿਹੜਾ ਸ਼ਿਕਰਾ ਆਉਂਦਾ ਆਂਦੇ ਔਰ ਆ ਕੇ ਉਹਦੇ ਨਾਦਰ ਦੇ ਛੋਟੇ ਪ੍ਰਾਣ ਨੂੰ ਜ਼ਖਮੀ ਕਰਕੇ ਚਲਾ ਜਾਂਦਾ ਬਿਲੋ ਆਸੀਆ ਤੇ ਬਾਹਰ ਬੇਗਮ ਸ਼ਗਨ ਲੈ ਕੇ ਅਮੀਰ ਖਾਨ ਦੇ ਘਰ ਜਾਂਦੇ ਨੇ ਚਾਂਦੀ ਵੀ ਖੈਰ ਇਸ ਰਿਸ਼ਤੇ ਤੇ ਰਾਜ਼ੀ ਹੁੰਦੀ ਏ ਸ਼ਿਕਰਨ ਬਿਲੋਂ ਨੂੰ ਵੇਖ ਕੇ ਖੁਸ਼ ਹੋ ਜਾਂਦਾ ਹੈ ਔਰ ਸ਼ਗਨ ਦੇ ਤੌਰ ਦੇ ਨਾਦਰ ਦੇ ਛੋਟੇ ਭਰਾ ਦੀ লাশ ਉਹਨਾਂ ਦੇ ਵਾਲੇ ਕਰਦਾ ਹੈ ਨਾਦਰ ਬਦਲੇ ਦੇ ਅੰਦਰ ਅਮੀਰ ਖਾਨ ਦੇ ਦੋਨਾਂ ਪੁੱਤਰਾਂ ਨੂੰ ਕਤਲ ਕਰ ਦਿੰਦਾ ਹੈ ਜਿਹੜਾ ਜਬਰੂ ਹੁੰਦਾ ਹੈ ਜਬਰੂ ਚਾਂਦਨੀ ਨੂੰ ਚੁੱਕਣਾਂਦਾ ਹੈ ਲੇਕਿਨ ਬਿਲੋ ਆ ਜਾਂਦੀ ਹੈ ਬਿਲੋ ਆ ਕੇ ਜਬਰੂ ਨੂੰ ਕਤਲ ਕਰ ਦਿੰਦੀ ਏ ایک دفعہ پھر جگہ للکار دے میدان لگ ہے اور میدان دے دوران شکرے تے نادر دی لڑائی ہوتی ہے خیر نادر شکرے نو قطر, قطر کرن لگ ہے اور چاندنی آ جاتی ہے اور او دے اپنے زندگی دی پیک منگی ہے خیر وہ اس چیز تے راضی ہو جان ہے پولیس آ جاتی ہے پولیس آ کے جگہ نو گرفتار کرنا چاہتی ہے لیکن جگہ مزامت کرد ہے اور گولیاں چل جی دی وجہ تو نادر تے شکرا زخمی ہو جاندے جڑا جگہ جگا ہے جڑا جگہ آتا ہے پولیس دی گولیاں دا نشانہ بن جاندے اور جگہ اپنی زندگی دی بازی ہار جاندے ناظرین اے تو اندرس ہے کہ اے فلم یوٹیوب ٹیوب موجود نہیں ہے اس فلم دے اندر کریشی سلطان رہی اور جگے نے بڑا ہی اچھا کام کیتا ہے یعنی کہ سدھیر نے بڑا ہی اچھا کام کیتا ہے ਅਗਰ ਤੁਹਾਨੂੰ ਮੇਰੀ ਮਾਲੂਮਾਤ ਅੱਛੀ ਲੱਗੀ ਹੋਵੇ ਮੇਰੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਤੇ ਨੈਕਸਟ ਵੀਡੀਓ ਤੱਕ ਰੱਬ ਰਾਖਾ